बिस्मिल्लाहिर्रहमानिर्रहीम। अस्सलाम वालेकुम जी, क्या हाल चाल ने? तो वैसे ठीक है, उम्मीद है खैर खरीद ना दोस्तों। अज मजेदार तो नवा नवा ब्लॉग करने दे व्याह शुरू तकरीबन जी, आज दा फिर जना रात दा ब्लॉग शुरू है। ओदी जने के मैं जना काफी सारा जना काम में ना फस गया सा, जट शक्तियां ये पतनों नियों नहीं अरे यहां ਤਿਆਰੀ ਕਰੋ, ਇਹਨੇ ਤਾਂ ਹੀ ਕੁਛ ਕਰਨਾ। ਸ਼ਾਹੀ ਦੀ ਗੁਲਾਈ ਚਲ ਚੰਗੀ ਗੱਲ ਹੈ। ਹਾਂਜੀ, ਅਤੇ ਹੁਣ ਜਾਂਦਾ ਜਾ ਰਿਹਾ ਘਰ ਤਕਰੀਬਨ ਰੀਜ਼ਨ ਹੈ, ਬਾਹਰ ਜਾਂਦਾ ਬਾਈ ਕੁੱਤਾ ਟਰਾਂਦਾ ਫਿਰਦਾ, ਮੈਨੂੰ ਕਹਿੰਦਾ ਵੀਡੀਓ ਬਣਾ ਦੇ, ਇੰਨੇ ਆਰ ਫਾਲ ਜਾ ਲੈਣਾ। ਮੈਂ ਕਿਹਾ ਚਲੋ ਰੋਣਾ ਕਿਹੜਾ, ਮੈਂ ਬਣਾ ਦਿੰਦਾ। ਅਤੇ ਹੁਣ ਜੀ ਜਾਂਦੇ ਹਾਂ ਘਰ, ਅਤੇ ਕੁਝ ਨਾ ਖਾ ਲੰਗਰ ਸ਼ਿੰਗਰ ਕਰਨੇ ਆ, ਅਤੇ ਕਿਉਂਕਿ ਨਾ ਕਾਫੀ ਦੇਰ ਹੋ ਗਈ ਖਾਣਾ ਖਾਧੇ ਨੂੰ, ਕਿਉਂਕਿ ਤਕਰੀਬਨ ਪਿਛਲੀ ਵੀਡੀਓ ਖਾਧਾ। ਔਰ ਹੁਣ ਜਾਂਦਾ ਈਸ਼ਾ ਦੀ ਅਜ਼ਾਨਾਂ ਆਉਣ ਵਾਲੀਆਂ ਨੇ, ਅਤੇ ਹੁਣ ਕੋਈ ਪਤਾ ਨਹੀਂ ਲੰਗਰ ਸ਼ਿੰਗਰ ਜਾਂਦਾ ਖਾਂਦੇ ਹਾਂ ਯਾਰ ਪੜ੍ਹਨੇ ਆ। ਇਹ ਜੀ ਬੰਦਾ ਜਦ ਸਾਹਮਣੇ ਆ ਰਿਹਾ ਨਾ, ਇਹਨੂੰ ਮੈਂ ਵੱਟਿਆ ਨਾ, ਇਹ ਕੁੱਟਿਆ ਨਾ, ਇਹ ਨਾ ਜਾਂਦਾ ਪਿਆ ਸੀ ਮੋਟਰਸਾਈਕਲ 'ਤੇ। ਕੀ ਹਾਲ ਨੇ? ਸਹੀ ਬਣੇ ਫਿਰ ਸਹੀ ਤੇ ਛੋਟ ਕੇ ਵੱਟੇ ਬੜੀ ਕੀਤੀ ਮੈਂ ਦੱਸ ਦਿੱਤੇ। ਕੀ ਹੋਇਆ ਹਾਲ ਹੈ? ਕੀ ਹੋਇਆ ਕੀ ਹੋਇਆ? ਫੋਨ ਆ ਗਿਆ ਯਾਰ ਤੈਨੂੰ, ਦੱਸ। ਹਾਂ, ਹੁਣੇ ਹੁਣੇ ਪੈਗਾਮ ਆਇਆ ਮਿਲਾ ਦੇ ਮੁਸਤਫਾ ਦਾ, ਰਾਤ ਦੇ 10 ਵਜੇ ਮਿਲਾ ਸ਼ੁਰੂ ਹੈ, ਅਤੇ ਜਾਣਾ ਜੀ ਲਾਜ਼ਮਨ ਹੈ, ਕਿਉਂਕਿ ਮੇਰਾ ਦੋਸਤ ਤਾਂ ਬੜਾ ਪਿਆਰਾ ਜੀ, ਉਸ ਦੇ ਨਾਲ ਮਿਲਾ ਦੇ, ਅੱਲਾਹ ਤਾਲਾ ਖੈਰ ਕਰੇਗੇ ਜੀ। ਗਾਇਸ ਵੈਲਕਮ ਬੈਕ। ਮੈਂ ਕਿਹਾ ਵੀ ਰਾਤ ਨੂੰ ਜਿਹੜਾ ਵਲੋਗ ਨਾ ਰਹਿਣ ਦਿੰਦੇ ਹਾਂ, ਜਿਹੜਾ ਸੁਬਹ ਸੁਬਹ ਜਿਹੜਾ ਆਪਣਾ ਵਲੋਗ ਸ਼ੁਰੂ ਕਰਦੇ ਹਾਂ। ਸੁਬਹ ਤਾਂ ਨਹੀਂ ਜੀ, ਪਿਛਲਾ ਟਾਈਮ ਹੋ ਗਿਆ, ਔਰ ਮੈਂ ਜਿਹਨਾਂ ਸਰ ਰਾਤ ਦਾ ਨਾ ਥੱਕਿਆ ਹੋਇਆ, ਉਹਨਾਂ ਦੀ ਰੀਜ਼ਨ ਹੈ ਕਿ ਮਿਲਾਦ ਤਾਂ ਗਿਆ ਸਾਂ, ਯਾਨੀ ਕਿ ਅਤੇ ਉਹ ਤਾਂ ਫਿਰ ਜਿਹੜਾ ਮੈਂ ਮੋਬਾਈਲ ਵੀ ਕੋਲ ਲੈ ਗਿਆ, ਕਿਉਂਕਿ ਤਕਰੀਰ ਵਗੈਰਾ ਵੀ ਜਿਹੜਾ ਕੋਲੋਂ ਭਰੀ, ਔਰ ਮਾਸ਼ਾਅੱਲਾ ਕਾਫੀ ਅੱਛੇ ਜਿਹੇ ਨਾ ਇਹ ਕਾਰੀ ਸਾਹਿਬ ਦੇ ਸਨ। ਤੋ ਜੀ ਕੱਪੜੇ ਜਿਹੜਾ ਕੱਲ੍ਹ ਵਾਲੇ ਮੇਰੇ ਵਲੋਗ 'ਚ ਇਹੋ ਹੀ ਨੇ, ਅਤੇ ਉਹ ਜਿਹੜਾ ਮੈਂ ਪਾਉਣੇ ਸਨ ਪਾ ਕੇ ਪਿਛਲੇ ਟਾਈਮ ਮੈਂ ਆਇਆ ਵਲੋਗ ਵਿੱਚ, ਲੇਕਿਨ ਉਹਦੀ ਰੀਜ਼ਨ ਹੈ ਕਿ ਫਿਰ ਨਾ ਮਿਲਾ ਜਾਣਾ ਸੀ। ਮੈਂ ਕਿਹਾ ਚਲੋ ਜਿਹੜਾ ਐਹ ਪਾ ਕੇ ਜਾਂਦੇ ਹਾਂ, ਫਿਰ ਬੰਦੇ ਦੇ ਮੱਥੇ ਲੱਗਦਾ ਇਹ ਨਾ ਕਿ ਉਹ ਪਾਏ ਹੋਣ ਮਿੱਟੀ ਸਾਰੇ ਭਰੇ। ਮੈਂ ਕਿਹਾ ਚਲੋ ਨਲ ਨਾ ਉਹਦੇ ਵਿੱਚ ਨਾ ਖਾਲੀ ਦਾ ਗੰਦਾ ਜਿਹਾ ਪਾਣੀ ਲੱਗ ਗਿਆ ਸੀ ਕੱਪੜਿਆਂ 'ਤੇ, ਸਫਾਈ ਕਰਦਾ ਰਹਿਣਾ। ਤੋ ਇਸ ਵਜ੍ਹਾ ਤੋਂ ਹਾਂਜੀ, ਅਤੇ ਨਾ ਸੁਬਹ ਸੁਬਹ ਨਾ ਇਹ ਸਾਡੇ ਗਵਾਂਢੀ ਨੇ ਇੰਤਾਰੀ ਆ ਰਹੇ ਬਾਈ ਸ਼ਫਕਤ ਹੋਰੀ, ਉਹ ਲੈ ਗਏ ਸਨ ਇਹ ਬਾਜ਼ਾਰ ਥੋੜ੍ਹੇ ਜਿਹੇ ਨਾ ਇਹ ਪਲੱਗ ਪਾਨਾ ਅਤੇ ਇੱਕ ਰੈਂਚ, ਉਹ ਕਹਿੰਦਾ ਮੇਰੇ ਬਾਈ ਆਲਮ ਸ਼ੇਰ ਜਿਹਾ ਇਹ ਸਮਿਆਨ ਵਗੈਰਾ ਜਿਹਾ ਅੱਜ ਤੱਕ ਉਵੇਂ ਪਿਆ, ਯਾਨੀ ਕਿ ਉਹ ਜਿਹੜਾ ਕੰਮ ਕਰਦੇ ਹੁੰਦੇ ਸਨ, ਉਹ ਸਾਡੇ ਘਰ ਜਿਹੜਾ ਮੌਜੂਦ ਪਿਆ, ਅਤੇ ਮੈਂ ਕਿਹਾ ਵੀ ਉਹਨੂੰ ਸੇਲ ਨਾ ਕਰੀਏ, ਉਹ ਘਰ ਪਿਆ ਕੰਮ ਦੇ ਦਿੰਦਾ ਹੁੰਦਾ, ਅਤੇ ਇਸ ਵਜ੍ਹਾ ਨਾਲ ਫਿਰ ਉਹ ਘਰ ਪਿਆ। ਅਤੇ ਮੈਂ ਜਿੰਨਾ ਹੁਣ ਜਾ ਰਿਹਾ ਜੀ, ਸ਼ੋਰ ਚੈੱਕ ਕਰ ਲਓ, ਬੱਚਿਆਂ ਦੇ ਬੱਚੇ ਕ੍ਰਿਕਟ ਖੇਡ ਰਹੇ ਨੇ, ਮੈਂ ਜਿੰਨਾ ਉਹ ਜਿੰਨਾ ਬਾਜ਼ਾਰ ਲੈਣ ਚੱਲਿਆ ਪਲੱਗ ਪਾਨਾ ਔਰ ਰੈਂਚ। ਡਰ ਤਾਂ ਜੀ ਮੈਂ ਆ ਤਾਂ ਗਿਆ, ਲੇਕਿਨ ਪਤਾ ਨਹੀਂ ਕਿੱਧਰ ਗਏ ਨੇ ਅੱਜ, ਸਮਝ ਸਰੀ ਕੋਈ ਨਹੀਂ ਅੰਦਰ ਪਏ ਹੁਣ ਸ਼ਾਇਦ, ਕਿ ਅੰਦਰ ਤਾਂ ਬਿਲਕੁਲ ਖਾਲੀ ਪਿਆ, ਕੋਈ ਵੀ ਕੋਈ।
ਲੈਟ ਦੇਣਾ ਜੀ ਮੇਰੇ ਹਜ਼ਾਰ ਰੁਪਏ ਦੋਨੋਂ ਤਿੰਨ ਦੋ ਬਿਲਕੁਲ ਜੀ ਸੁਨਸਾਨ ਜੀ ਡਰ ਗੱਲਾਂ ਹਰ ਕਰੇ ਔਰ ਜਿਹਨੇ ਇੱਥੇ ਕਾਫੀ ਸਾਰੇ ਨਾ ਬਿੱਛੂ ਔਰ ਚੂਹੇ ਵਗੈਰਾ ਰਹਿੰਦੇ ਨੇ ਔਰ ਅੰਦਰ ਜਿੰਨਾ ਬਹੁਤ ਕਾਫੀ ਸਾਰੇ ਜਿੰਨਾ ਬੜਾ ਫਿਰ ਅਤੇ ਨਿਕਲਨੇ ਆ ਤਾਂ ਹੁਣ ਜਿੰਨਾ ਆਹਿਸਤਾ ਆਹਿਸਤਾ ਗਰ ਨਹੀਂ ਜਾਂਦੇ ਨੇ ਇੱਧਰ ਚੈੱਕ ਕਰੋ ਜੀ ਛੱਟੂ ਮਾਈ ਪੱਠੇ ਖਾ ਰਿਹਾ ਹੈ ਕਾਲੂ ਹੈ ਕਾਲੂ ਪਤਰੇਰ ਹੋ ਹਾਂਜੀ ਸਹੀ ਹੈ ਛੇਕ ਰੱਖੋ ਕੰਮ ਇਹ ਤਾਂ ਅੱਜ ਪੁੱਛ ਲਈ ਨਾ ਔਰ ਜਿੰਨਾ ਨਿੱਕੂ ਜਿਹਾ ਬੇਬੀ ਸੁੱਤਾ ਪਿਆ ਉਹ ਸਾਹਮਣੇ ਚੈੱਕ ਕਰ ਲਏ ਸਿਰਾ ਔਰ ਸਿਰਾ ਜਿੰਨਾ ਮੈਂ ਇਹਨਾਂ ਦੋਨਾਂ ਪਿੱਛੇ ਜਿੰਨਾ ਇਹਨਾਂ ਤੱਕ ਆਇਆ ਹਾਂਜੀ ਅਤੇ ਸਾਹਮਣੇ ਜਿੰਨਾ ਸਾਰੇ ਬੱਚੇ ਮੇਰੇ ਗਰਭ ਦੇ ਜਾ ਰਹੇ ਨੇ ਯਾਨੀ ਕਿ ਬਾਲ ਜਿੰਨਾ ਖੁਦ ਹੋ ਜਾਈਆਂ ਚਲੇ ਗਈ ਸਾਡੇ ਘਰੇ ਅਤੇ ਉਹ ਫਿਰ ਲੱਭਦੇ ਫਿਰਦੇ ਉਹਨਾਂ ਨੂੰ ਹਾਂ ਵੇਖੋ ਸਾਹਮਣੇ ਉਹਨਾਂ ਦੇ ਕੰਮ ਚੈੱਕ ਕਰੋ ਉਹਨਾਂ ਨਾ ਕੋਈ ਰੋਕਣ ਟੋਕਣ ਵਾਲਾ ਵੀ ਨਹੀਂ ਬਸ ਦੁਆ ਹੀ ਇਹਨਾਂ ਨੇ ਕਰ ਸਕਦੇ ਹੋਰ ਕੀ ਵੀ ਇੱਥੋਂ ਜਿੰਨਾ ਨਾ ਹੀ ਖੇਲਣ ਕਿਉਂਕਿ ਇੱਥੇ ਜਿੰਨਾ ਜਗ੍ਹਾ ਵਗੈਰਾ ਵੀ ਕੌਣ ਜਿੱਥੇ ਨਾ ਆਰਾਮ ਸਕੂਨ ਖੇਲ ਲਵਾਂ ਤੋ ਇਹ ਸਮਝਣਾ ਫਿਰ ਮੈਂ ਉਹਨਾਂ ਨੂੰ ਕਿਹਾ ਤਾਂ ਵੀ ਨਾ ਖੇਲੋ ਜੀ ਤੁਹਾਨੂੰ ਚਾਬੀਆਂ ਪਕੜ ਕਿਤੇ ਜਾਓ ਜੀ ਹੁਣ ਜਾਣਾ ਸ਼ਾਮ ਤੂੰ ਟਾਈਮ ਨਾ ਜਾ ਮਾਂ ਜੀ ਤਾਂ ਨਾ ਅੱਜ ਇੰਨਾ ਕੁ ਸੁੱਤੇ ਨਾ ਵੀ ਗੱਲ ਛੱਡ ਮੈਂ ਆ ਜਾਣਾ ਇਹਨਾਂ ਨੂੰ ਉਠਾਇਆ ਵੀ ਕਰੋ ਮੈਂ ਕਿਹਾ ਸੁੱਤੇ ਰਹਾਂ ਆਪਣੀ ਮੌਜ ਮਸਤੀ ਇਹਨੇ ਜੋ ਦਿਲ ਕਰੇ ਕਰੇ ਤੁਸੀਂ ਵੀ ਨਾ ਤਬੀਅਤ ਖਰਾਬ ਨਹੀਂ ਹੈ ਨੀਂਦਰ ਆਲਸ ਗੋਜਤ ਕਰਦਾ ਹੋਇਆ ਇਹ ਬਈ ਗੋਜਤ ਕਰਦਾ ਇਹਦਾ ਆਲਸ ਤੇ ਫਿਰ ਜਾਣਾ ਤਾਂ ਪਾਰੂ ਜਾਣਾ ਇਹ ਨਾ ਇਸ ਤਰੀਕੇ ਨਾਲ ਜਿੰਨਾ ਮਜ਼ਾ ਨਾ ਗੁਜ਼ਰਦੀ ਪਈ ਹੈ ਉਹ ਜਿਹਨੇ ਮਿਲਾਦ ਅਤੇ ਕੋਸ਼ਿਸ਼ ਵੀ ਆ ਮਾਂ ਜੀ ਇੱਕ ਮਿੰਟ ਆਇਆ ਸੀ ਕਿ ਮਾਂ ਜੀ ਨਾ ਰੈਸਪੀ ਤਿਆਰ ਕੀਤੀ ਕਰਨ ਅਤੇ ਮਾਂ ਜੀ ਤੁਹਾਡਾ ਕੀ ਇਰਾਦਾ ਹੁਣ ਫਿਰ ਨਹੀਂ ਸੁਬਹ ਜਾ ਇਨਸ਼ਾਅੱਲਾ ਜਾਂ ਪਰਸੋਂ ਜਾਣਾ ਸਾਡੀਆਂ ਰੈਸਪੀ ਤਾਂ ਸ਼ੁਰੂ ਹੋ ਜਾਣਗੀਆਂ ਅਸੀਂ ਜਾਣਾ ਉਸ ਥਾਂ ਦੇ ਨਾਲ ਕੁਛ ਨਾ ਕੁਝ ਨਾ ਇੰਟਰਟੇਨਮੈਂਟ ਭਾਈ ਭੈਣਾਂ ਨੂੰ ਨਾ ਕਰਨ ਲਈ ਨਾ ਕੁਛ ਨਾ ਕੁਝ ਇੰਨਾ ਬੰਦੋਬਸਤ ਕਰਨੇ ਹਾਂ ਤਾਂ ਕਿ ਜਿਹੜਾ ਸਾਡਾ ਵਿਊਜ਼ ਨਾ ਥੋੜ੍ਹੇ ਉੱਪਰ ਜਾਵੇ ਕਿਉਂਕਿ ਮੱਡ ਹੋ ਜਾਂਦਾ ਇੱਥੇ ਬੁਲਾਉਣਾ ਸਾਡਾ ਲਾਜ਼ਮੀ ਹੈ ਇਹ ਵੇਖਣਾ ਵਾਸ਼ਰੂਮ ਸਾਰਾ ਡਿੱਗਿਆ ਪਿਆ ਕੰਧਾਂ ਵੀ ਸਾਡੀ ਜਗ੍ਹਾ ਡਿੱਗਦੇ ਡਿੱਗਦੇ ਪਈਆਂ ਨੇ ਤੋ ਇਸ ਜਿੰਨਾ ਫਿਰ ਸਾਡਾ ਸਲਾਹ ਕਿ ਇਸ ਪਾਸੇ ਜਿਹੜਾ ਆਪਣਾ ਛੋਟਾ ਜਿਹਾ ਨਾ ਨਿੱਕੂ ਜਿਹਾ ਮੱਡ ਹਾਊਸ ਬਣਾ ਦੇਈਏ ਅਤੇ ਉਹਦੇ ਲਈ ਵਾਸ ਚਾਹੀਦੇ ਨੇ ਵਾਸਾਂ ਦੇ ਕੋਲ ਸਾਡੇ ਕੋਲ ਪੈਸੇ ਨਹੀਂ ਨੇ ਇਸ ਵਜ੍ਹਾ ਫਿਰ ਅਸੀਂ ਵਾਸ ਹੀ ਲਿਆ ਰਹੇ ਹਾਂਜੀ ਅੱਲਾ ਤਾਂ ਦੇਵੇਗਾ ਔਰ ਅੱਜ ਨਾ ਗਰਮੀ ਤਕਰੀਬਨ ਸਾਡੇ ਕੋਲ ਨਾ 30-37% ਪਈ ਹੈ ਬੜੀ ਗਰਮੀ ਪਈ ਹੈ ਹਾੜ ਜੇ ਆਈ ਬਹੁਤ ਗਰਮੀ ਉੱਥੇ ਤਿਆਰ ਕਰਨਾ ਹਾਂ ਉੱਥੇ ਤਿਆਰ ਕਰਨਾ ਕੋਈ ਪੈਸੇ ਪੂਸੇ ਆਉਂਦੇ ਤਾਂ ਫਿਰ ਤਿਆਰ ਕਰਨਾ ਪਹਿਲੇ ਤਾਂ ਮਾਈ ਜੀ ਕੀ ਦੂ ਅੱਲਾ ਤਾਲਾ ਖੈਰ ਕਰਕੇ ਪੈਸੇ ਦੇਵੇਗਾ ਉਸ ਤੋਂ ਬਾਅਦ ਜਾਣਾ ਇਨਸ਼ਾਅੱਲਾ ਪਕਾ ਦੇਣਾ ਉਦੋਂ ਆਉਂਦੇ ਨੇ ਇੱਥੇ ਜਾਂਦਾ ਰਹਿਣਾ ਜੇ ਬੁੱਕੀ ਵਗ ਜਾਣਾ ਕਦੀ ਕਿਵੇਂ ਆਉਣਾ ਹੁਣ ਕੀ ਕਰੀਏ ਜੇ ਬੁੱਕੀ ਜਾਣ ਲਈ ਪੈਸੇ ਤਾਂ ਨਹੀਂ ਨਾ ਅੱਲਾ ਦੇ ਸੀ ਪੈਸੇ ਜੇ ਬੁੱਕੇ ਜਾਈਏ ਤੇ ਪੈਸੇ ਨਹੀਂ ਮਾਂ ਜੀ ਅੱਲਾ ਦੇ ਸੀ ਅੱਲਾ ਦਿੰਦਾ ਹੀ ਪਿਆ ਹੁਣ ਆਪਾਂ ਕੀ ਤੇ ਬਸ ਮੂਲ ਮਾਲਕ ਦੇ ਹੱਥ ਮਾਰਾਂ ਹੁਣ ਜੀ ਅੱਲਾ ਤਾਲਾ ਤੇ ਸਟੀਆਂ ਅਸੀਂ ਸਾਰੀਆਂ ਗੱਲਾਂ ਕਿਉਂਕਿ ਅਸੀਂ ਜਿੰਨਾ ਕਦੇ ਵੀ ਕੋਈ ਆਪਣੀ ਮਰਜ਼ੀ ਨਾਲ ਫੈਸਲਾ ਨਹੀਂ ਉਠਾਉਂਦੇ ਅਸੀਂ ਆਪਣੀ ਮਰਜ਼ੀ ਨਾਲ ਕੋਈ ਕਦਮ ਨਹੀਂ ਉਠਾਉਂਦੇ ਜਿੰਨਾ ਤੱਕ ਅੱਲਾ ਤਾਲਾ ਸਾਨੂੰ ਇਹ ਤੋਫੀਕ ਦਿੰਦੇ ਨਾਲ ਅਸੀਂ ਉਹ ਕੰਮ ਕਰ ਲੈਂਦੇ ਹਾਂ ਅੱਲਾ ਦੀ ਜ਼ਾਤ ਤੋਂ ਸਿਵਾ ਇਕੱਤਰ ਨਹੀਂ ਆ ਸਕਦਾ ਕਿਉਂਕਿ ਹਰ ਚੀਜ਼ ਪਰ ਕਾਦਰ ਔਰ ਕਫੂਰ ਰਹੀਮ ਰਹਿਮਤ ਅੱਲਾ ਮੀਨ ਹੈ ਮਾਂ ਜੀ ਅਤੇ ਤੁਸੀਂ ਹੁਣ ਜਾ ਰਹੇ ਹੋ ਗੋਸ਼ਤ ਮਾਸ਼ਾਅੱਲਾ ਸ਼ਾਮ ਦਾ ਵਕਤ ਹੋ ਗਿਆ ਆਲੂ ਗੋਸ਼ਤ
ਔਰ ਜਿਹਦਰ ਜਿਹਨਾਂ ਦੋ ਰੋਟੀਆਂ ਆ ਗਈਆਂ ਨੇ, ਇੱਕ ਸਾਰੀ ਤਵੇ ਦੀ ਔਰ ਇੱਕ ਤੰਦੂਰ ਦੀ, ਸੁਬਹ ਦੀ ਔਰ ਸ਼ਾਮ ਦੀ। ਅਤੇ ਵਿਕਾਸ ਜੀ ਹੁਣ ਜਿਹੜਾ ਸ਼ਾਮ ਹੋ ਗਈ ਹੈ, ਕੱਲ੍ਹ ਵਾਲਾ ਵਿਆਹ ਸਾਡਾ ਜਿਹੜਾ ਸ਼ਾਮ 'ਚ ਹੀ ਗੁਜ਼ਰਿਆ ਔਰ ਅੱਜ ਵਾਲਾ ਵਿਆਹ ਜਿਹੜਾ ਸਾਡਾ ਸ਼ਾਮ 'ਚ ਹੈ। ਮੈਂ ਖਾਣਾ ਖਾ ਲਵਾਂ, ਉਸ ਤੋਂ ਬਾਅਦ ਜਿਹੜਾ ਕੈਮਰੇ ਸਾਹਮਣੇ ਨਾ ਇਨਸ਼ਾਅੱਲਾ ਮੈਂ ਖਾਣਾ ਖਾ ਜੀ ਗਾਇਸ। ਹਾਂਜੀ, ਅਤੇ ਕੁਛ ਸਾਡਾ ਵਿਲਾਗ ਜਿੰਨਾ ਕੋਈ ਕਿਹਦੇ ਦਾ ਪਾਰਟ ਹੈ, ਕਿਹਦੇ ਪਾਰਟ ਹੈ, ਕਿਉਂਕਿ ਉਹਦਾ ਅਸੀਂ ਦੋ ਦਿਨ ਹੋ ਗਏ ਸਾਨੂੰ ਵਿਲਾਗ ਰਿਕਾਰਡ ਕਰਦਿਆਂ ਨੂੰ, ਔਰ ਇਹ ਜਿੰਨਾ ਤੋਰੀ ਜੀ ਡਿਸਟਰਬ ਵੀ ਹੋਣੀ ਹੈ, ਔਰ ਜੀ ਅਸੀਂ ਇਸ ਵਿਲਾਗ ਦੇ ਕਰਦੇ ਹਾਂ ਜੀ ਐਂਡ। ਅਤੇ ਨੈਕਸਟ ਵਿਲਾਗ ਮਿਲਾਂਗੇ ਇਨਸ਼ਾਅੱਲਾ ਕਿਸੇ ਵਿਲਾਗ ਕਰ। ਆਪ ਬੈਨ ਬਾਈ ਕੇ ਲਈ ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਪਖਤੂਨਵਾ 'ਚ ਜ਼ਰੂਰ ਯਾਦ ਰੱਖਣਾ। ਤਬ ਤੱਕ ਲਈ ਅੱਲਾਹ ਹਾਫਿਜ਼। ਅੱਲਾਹ ਹਾਫਿਜ਼।